ਇਹ ਕਹਿੰਦੇ ਜੀ ਮੈਂ ਮੀਡੀਆ ਦਾ ਬੰਦਾ ਆ, ਇਹ ਪੇਪਰ ਦਿਖਾ ਦੇ, ਇਹਦੇ ਕੋਲ ਕੁਛ ਵੀ ਨਿਕਲਿਆ ਹੈਗਾ। ਸਾਨੂੰ ਜ਼ਿਆਦਾ ਨਾ ਪੜ੍ਹਾ ਨਾ ਤੇਰੇ ਵਰਗ। ਸਾਨੂੰ ਇੰਨੀ ਕੁ ਸੈਂਸ ਹੈਗੀ ਵੀ ਅਸੀਂ ਡਿਸਬੇਵ ਨਹੀਂ ਕਰਦੇ। ਇਹ ਵੀ ਨਾਕੇ ਦੇ ਦੌਰਾਨ ਕਰਫਿਊ ਲੱਗਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਤੁਸੀਂ ਘਰਾਂ ਦੇ ਵਿੱਚ ਬੈਠ ਜਾਓ, ਲੋਕ ਨਹੀਂ ਬੈਠ ਰਹੇ। ਇਸ ਕਰਕੇ ਸਪੈਸ਼ਲ ਨਾਕਾਬੰਦੀ ਕੀਤੀ ਆ ਕਿਸ਼ਨਪੁਰਾ ਚੌਂਕ ਦੇ ਵਿੱਚ, ਇਹਦੇ ਵਿੱਚ ਵਿਦਾਊਟ ਡਾਕੂਮੈਂਟ ਸਾਈਜ ਬੰਦ ਕੀਤੇ ਆ, ਕੁਛ ਤੁਹਾਡੇ ਸਾਹਮਣੇ ਇੱਥੇ, ਅਤੇ ਬਾਕੀ ਵਿਦਾਊਟ ਲਾਇਸੈਂਸ ਆਰ ਸੀ ਉਹ ਵੀ ਕੀਤੇ ਆ। ਬਾਕੀ ਇੱਕ ਜਾਅਲੀ ਪੱਤਰਕਾਰ ਜਿੱਦਾਂ ਕਹਿੰਦੇ ਵੀ ਪੁਲਿਸ ਨੂੰ ਡਰਾਉਣ ਵਾਸਤੇ ਵੀ ਮੈਂ ਪ੍ਰੈਸ ਵਾਲਾ ਜੀ, ਜਦੋਂ ਉੱਥੋਂ ਕਾਗਜ਼ ਮੰਗੇ ਉੱਥੋਂ ਕੁਛ ਵੀ ਨਿਕਲਿਆ, ਉਹਨੂੰ ਪੁੱਛਿਆ ਤੇਰੇ ਕੋਲ ਪਰਮਿਸ਼ਨ ਹੈ ਕੋਈ ਘੁੰਮਣ ਦੀ, ਉਹ ਕਹਿੰਦਾ ਨਹੀਂ ਜੀ। ਉਹਦੇ ਖਿਲਾਫ ਵਿੱਚ 188 ਦਾ ਪਰਚਾ ਜਿਹੜਾ ਥਾਣਾ ਵਿੱਚ ਨੰਬਰ 8 ਦੇ ਵਿੱਚ। ਸਰ ਕਿਸ ਤਰ੍ਹਾਂ ਪਤਾ ਲੱਗਿਆ ਉਹ ਜਾਲੀ ਹੈਗਾ ਆ? ਜਾਲੀ ਉਹਦੇ ਕੋਲ ਕੁਛ ਨਹੀਂ, ਉਹਦੇ ਪੂਰੇ ਮੋਟਰਸਾਈਕਲ ਦੇ ਉੱਪਰ ਪ੍ਰੈਸ ਲਗਾਇਆ ਸੀ, ਜਦੋਂ ਉਹ ਤੋਂ ਕਾਰਨ ਪੁੱਛਿਆ ਵੀ ਕਿਉਂ ਲਿਖਾਇਆ ਤੇਰੇ ਕੋਲ ਕੀ ਆ, ਉਹ ਕੁਛ ਨਹੀਂ ਦਿਖਾ ਸਕਿਆ, ਇੱਕ ਵਿਜ਼ਿਟਿੰਗ ਕਾਰਡ ਉਹਨੇ ਬਣਾਇਆ ਸਿਰਫ ਡਰਾਉਣ ਵਾਸਤੇ, ਹੋਰ ਉਹ ਤੋਂ ਕੁਛ ਨਹੀਂ ਸਿਖਾਇਆ। ਅਤੇ ਸਰ ਜਿਹੜੇ ਇਸ ਤਰ੍ਹਾਂ ਜਾਲੀ ਪ੍ਰੈਸ ਵਿਖਾਈ ਫਿਰਦੇ ਹੈਗੇ ਆ, ਉਹਨਾਂ 'ਤੇ ਹੋਰ ਕੀ ਕੀ ਕਾਰਵਾਈ ਕਰੋਗੇ? ਉਹਨਾਂ ਦੇ ਖਿਲਾਫ ਇਹ ਕਾਰਵਾਈ ਜਿਹੜੀ ਆ ਵੀ ਉਹਨਾਂ ਦੇ ਜਿਹੜੇ ਮੋਟਰ ਸਕੂਟਰ ਮੋਟਰਸਾਈਕਲ ਜਾਂ ਕੋਈ ਕਾਰ ਆ ਉਹ ਬਿਲਕੁਲ ਬੰਦ ਕਰਾਂਗੇ।